ਠੀਕ ਆ, ਤੇ ਕਿਵੇਂ ਕਬੂਤਰਾਂ ਨੂੰ ਦੇਣੀ ਆ, ਠੀਕ ਆ, ਤੇ ਇੱਕ ਫੇਰ ਇੱਕ ਛੱਡਿਆ, ਠੀਕ ਆ, ਉਹ 3:30 ਟਾਈਮ ਚ ਕੱਟਤਾ ਬਈ ਕਾਫੀ ਆ। ਸਹੀ ਗੱਲ ਜੀ, ਮੇਰੇ ਸਾਰੇ ਯੂਟਿਊਬ ਚੈਨਲ ਦੇਖਣ ਵਾਲੇ, ਮੇਰੇ ਸਾਰੇ ਭਰਾਵਾਂ ਨੂੰ, ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਨਾਰੇ ਭਰਾਵਾਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਵਾਹਿਗੁਰੂ ਕੀ ਅਰਦਾਸ ਕਰਦੇ ਆ ਜੀ, ਸਭ ਦੇ ਘਰ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਚ ਹੋਣਗੇ। ਸੋ ਅੱਜ ਵਾਲੀ ਵੀਡੀਓ ਆ ਬਈ, ਤੇ ਨਵੇਂ ਭਰਾਵਾਂ ਨੂੰ ਬਹੁਤ ਕੁਛ ਸਿੱਖਣ ਨੂੰ ਹੈ। ਸੋ ਬੇਨਤੀ ਆ ਹੱਥ ਜੋੜ ਕੇ ਕਿ ਵੀਡੀਓ ਨਾਲ ਬਣੇ ਰਹਿਓ, ਠੀਕ ਆ, ਕਿਉਂਕਿ ਤੁਹਾਡੇ ਭਰਾਵਾਂ ਵਾਸਤੇ ਕਰਦੇ ਆ ਜੋ ਕਰਦੇ ਆ, ਤੇ ਲਵ ਯੂ ਆ ਉਹਨਾਂ ਭਰਾਵਾਂ ਨੂੰ ਜਿਹੜੇ ਦਿਲੋਂ ਆਪਾਂ ਨੂੰ ਸਪੋਰਟ ਕਰਦੇ ਆ, ਠੀਕ ਆ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ, ਠੀਕ ਆ, ਦਿਲੋਂ ਲਵ ਯੂ ਆ ਵੀਰੇ ਸਾਰੇ ਭਰਾਵਾਂ ਨੂੰ। ਤੇ ਅੱਜ ਵਾਲੀ ਵੀਡੀਓ 1 ਮਿੰਟ ਆਪਾਂ ਕਰਦੇ ਆ ਸ਼ੁਰੂ ਮਾੜਾ ਜਿਹਾ। ਇੱਕ ਜਾਨਵਰ ਆਪਣਾ ਥੋੜਾ ਜਿਹਾ ਨਾ ਜ਼ੁਕਾਮ ਜਿਹਾ ਲੱਗ ਰਿਹਾ ਮਿੱਤਰੋ ਨੂੰ, ਆਹ ਦੇਖੋ ਨੀਲੇ ਨੂੰ, ਤੇ ਇਹਦਾ ਇਲਾਜ ਵੀ ਦੱਸਾਂਗੇ ਬਾਈ, ਠੀਕ ਆ। ਸੋ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਤੁਹਾਡੇ ਭਰਾਵਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਬਈ, ਠੀਕ ਹੈ, ਤੇ ਪਹਿਲਾਂ ਵੀ ਤੁਹਾਡੇ ਭਰਾਵਾਂ ਦੀ ਸਪੋਰਟ ਰਹੀ ਆ ਮੈਨੂੰ, ਠੀਕ ਹੈ। ਤੇ ਹੁਣ ਆਪਣਾ ਸੀਜ਼ਨ ਸ਼ੁਰੂ ਆ, ਤੁਹਾਨੂੰ ਪਤਾ ਅੱਗੇ ਹੈ ਨਾ, ਅੱਗੇ ਅੱਗੇ ਉਵੇਂ ਵਧੀ ਚੱਲਾਂਗੇ। ਤੇ ਆਹ ਆਪਣਾ ਪੱਠਾ, ਇਹਦਾ ਥੋੜ੍ਹਾ ਜਿਹਾ ਇਹਨੂੰ ਜ਼ੁਕਾਮ ਲੱਗ ਰਿਹਾ, ਫਿਰ ਇਹਨੂੰ ਕਰ ਦਾਂਗੇ ਲੋਟੇ, ਹੋ ਜਾਂਦਾ ਬਈ। ਇਹ 2 ਭਰਾ ਨੇ ਆਪਣੇ ਕੋਲੇ, ਆ ਸਕੇ ਭਰਾ ਨੇ ਆਪਣੇ ਕੋਲੇ, ਆ ਗੋਲਾ ਤੇ ਆ ਰੱਤਾ, ਇਹ 2 ਭਰਾ ਨੇ ਬਈ। ਇਹਨੂੰ ਥੋੜ੍ਹਾ ਜਿਹਾ ਜ਼ੁਕਾਮ ਹੋ ਰਿਹਾ ਹੁਣ, ਠੀਕ ਆ, ਤੇ ਇਹ ਵੀ ਪੱਟਿਆ ਹੋਇਆ। ਆ ਇੱਕ ਕੰਨੀ ਇਹਦੀ ਆਈ ਹੋਈ ਸੀ, ਛੱਡਤੀ, ਚਲੋ ਕੋਈ ਗੱਲ ਨਹੀਂ, ਜੇ ਤਾਂ ਵਧੀਆ ਤੁਰ ਪਿਆ ਤਾਂ ਛੱਡ ਲਾਂਗੇ ਬਾਹਰ ਇਹਨੂੰ, ਤੇ ਨਹੀਂ ਗਾਂਹ ਪਲਾਟ 'ਚ ਪਾ ਲਾਂਗੇ, ਕਿਉਂਕਿ ਤੁਹਾਡੇ ਵਰਗੇ ਬਹੁਤ ਭਰਾ ਨੇ ਬਈ, ਜਿਹੜੇ ਕਬੂਤਰ ਆਪਾਂ ਸੇਲ ਵੀ ਕਰਦੇ ਉਹਨਾਂ ਨੂੰ ਦਿੰਦੇ ਵੀ ਹਾਂ, ਹੈ ਨਾ, ਤਾਂ ਇੰਨਾ 'ਚ ਹੀ ਦਿੰਦੇ ਹਾਂ। ਸੋ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਹੁਣ ਆਉਂਦੇ ਆਪਾਂ ਮੁੱਦੇ ਤੇ, ਅੱਜ ਹੈ ਬਈ ਮੱਖਣੀ ਵਾਲੀ ਵੀਡੀਓ, ਠੀਕ ਆ, ਤੇ ਕਿਵੇਂ ਕਬੂਤਰਾਂ ਨੂੰ ਦੇਣੀ ਆ, ਠੀਕ ਆ, ਤੇ ਇੱਕ ਹੱਥ ਜੋੜ ਕੇ ਬੇਨਤੀ ਆ ਬਈ, ਜਿਹੜੇ ਵੱਡੇ ਪਲੇਅਰ ਨੇ, ਠੀਕ ਆ, ਸਾਰਿਆਂ ਦੀ ਆਪਾਂ ਰਿਸਪੈਕਟ ਕਰਦੇ ਹਾਂ। ਸੋ ਭਰਾ ਬਣ ਕੇ ਜਿਹੜੇ ਭਰਾ ਵੱਡੇ ਨੇ ਉਹ ਨਾ ਦੇਖਣ ਚਾਹੇ, ਠੀਕ ਆ, ਆਪਾਂ ਆਪਣੇ ਵਾਲਿਆਂ ਨੂੰ ਹੁਣ ਬਈ ਦੇਈ ਜਾਂਦੇ, ਕਿਉਂਕਿ ਇਹਨਾਂ ਦੇ ਪਰ ਆਈ ਜਾਂਦੇ ਆ ਬਈ, ਜਿੰਨਾ ਇਹਨਾਂ ਨੂੰ ਤੇਲ ਤੇ ਸੰਧਿਆਈ ਹੋਊਗੀ ਉਹਨਾਂ ਇਹਨਾਂ ਦੇ ਪਰ ਵਧੀਆ ਹੋਣਗੇ। ਹੁਣ ਆਹ ਪੱਠੇ ਦੇਖ ਲਓ, ਆਪਣੇ ਪੱਟੇ ਹੋਏ ਸੀ, ਪਰ ਦੇਖ ਲਓ ਸਾਫ ਆ ਰਹੇ ਨੇ ਜਮਾਂ, ਠੀਕ ਆ। ਤੇ ਇੱਕ ਚੀਜ਼ ਹੋਰ ਦਿਖਾਉਣਾ, ਜਿਹੜਾ ਆਪਾਂ ਕੈਲਸ਼ੀਅਮ ਨੀ ਜਾਂ ਹੈ ਨਾ ਮੱਖਣੀ ਜਾਂ ਸਰੋਂ ਮਤਲਬ ਤੇਲ ਕੋਈ ਵੀ ਚੀਜ਼ ਵੱਧ ਨਹੀਂ ਪਾਉਂਦੇ, ਤਾਂ ਕਰਕੇ ਆਹ ਦੇਖੋ ਪਰਾਂ ਦੇ ਵਿੱਚ ਆਹ ਟੱਕ ਜੇ ਆ ਰਹੇ ਨੇ, ਹੈ ਨਾ, ਤੇ ਗਰਮੀ 'ਚ ਦੇਖ ਲਿਓ ਤੇ ਇਹਨਾਂ ਵਿੱਚ ਦੀ ਮੂਰੇ ਨਿਕਲ ਜਾਣਗੇ, ਹਵਾ ਕ੍ਰੋਸ ਹੋਊਗੀ, ਬਰੀਕ ਬਰੀਕ ਨਾ ਮੂਰੀਆਂ ਬਣ ਜਾਂਦੀਆਂ ਨੇ, ਇਹ ਸਾਰਾ ਥੰਧਿਆਈ ਕਰਕੇ ਆ, ਠੀਕ ਆ। ਥੱਲੋਂ ਪੱਠਾ ਸਹੀ ਆ, ਥੱਲੋਂ ਲਾਲ ਹੈ ਪਰ ਸਿੱਕਰੀ ਆ, ਇਹ ਵੀ ਆਪਾਂ ਸਹੀ ਕਰ ਦਾਂਗੇ। ਇੱਕ ਭਰਾ ਦਾ ਅੱਜ ਹੀ ਮੇਰੇ ਨਾਲ ਮੈਸੇਜ ਆਇਆ ਸੀ ਵੀ ਬਈ ਪੱਠੇ ਆਪਣੇ ਵਧੀਆ ਚੰਗੇ ਪਏ ਨੇ ਥੱਲੋਂ, ਪਰ ਥੱਲੇ ਉਹਨਾਂ ਦੇ ਸਿੱਕਰੀ ਆ, ਵੀ ਕੀ ਕਰੀਏ, ਠੀਕ ਆ, ਤੇ ਉਹਦਾ ਵੀ ਤੁਹਾਨੂੰ ਸਾਰਾ ਦੱਸਾਂਗੇ, ਬਣੇ ਰਹੋ। ਸੋ ਆਹ ਪੱਠਾ ਬਈ ਆਪਣਾ, ਠੀਕ ਆ, ਇਹ ਟੀਰੇ 2 ਭਾਈ ਨੇ ਆਪਣੇ ਕੋਲੇ, ਠੀਕ ਆ, ਇੱਕ ਆਪਾਂ ਬਰੀਡ 'ਚ ਪਾ ਲਿਆ ਤੇ ਇਹ ਆਪਣੇ ਕੋਲੇ ਉੱਡਦਾ ਸੀ ਤੇ ਪੱਟ ਰੱਖਿਆ, ਠੀਕ ਆ, ਆਹ ਦੇਖੋ ਇਹਨੂੰ ਐਂ ਦੇਣੀ ਆ, ਦੇਖੋ ਜੇ ਆਪ ਧਿਆਨ ਰੱਖੋਗੇ ਤਾਂ ਬਈ ਜਾਨਵਰ ਜਮਾਂ ਨਹੀਂ ਲਿਬੜਦੇ, ਠੀਕ ਆ, ਜੇ ਉਈ ਬੇਗੁਰਿਆਂ ਵਾਂਗੂ ਦਾੜ ਦਾੜੀ ਸਿੱਟੀ ਚੱਲੋਗੇ ਅੰਦਰ ਸਾਰਾ ਮੂੰਹ ਲਵੇੜੀ ਚੱਲੋਗੇ, ਫੇਰ ਤਾਂ ਆਪਾਂ ਆਹ ਦੇਖੋ ਅੰਦਰ ਸਿੱਟਿਆ ਨਾਲ ਹੀ ਕੱਪੜਾ ਚੱਕਿਆ ਤੇ ਮੂੰਹ ਸਾਫ਼ ਕਰਤਾ, ਠੀਕ ਆ, ਤਾਂ ਹੁਣ ਤੁਸੀਂ ਆਪ ਇਸ
ਕਬੂਤਰ ਨੂੰ ਦੱਸ ਦਿਓ ਵੀ ਬਾਈ ਮਖਣੀ ਦਿੱਤੀ ਹੈ ਕਿ ਨਹੀਂ ਦਿੱਤੀ। ਬਾਈ ਬਹੁਤ ਜ਼ਰੂਰੀ ਆ ਮਖਣੀ, ਕਈ ਭਰਾ ਤਾਂ ਠੀਕ ਹੈ ਫਰਵਰੀ ਚ ਹਨਾ ਜਾਂ ਬਈ ਦੋ ਫਰਵਰੀ ਦੇ ਵਿੱਚ ਵਿੱਚ ਦਿੰਦੇ ਨੇ ਅੱਧੀ ਕੁ ਫਰਵਰੀ ਤੱਕ ਹਨਾ, ਪਰ ਆਪਾਂ ਹੁਣ ਦੇਈ ਜਾਂਦੇ ਕਿਉਂਕਿ ਆਪਣੇ ਪੱਠੇ ਪੱਟੇ ਹੋਏ ਨੇ ਠੀਕ ਆ। ਮਖਣੀ ਠੰਡੀ ਹੁੰਦੀ ਆ ਬਾਈ, ਕੋਈ ਚੱਕਰ ਨਹੀਂ ਹੈਗਾ ਇਹਦਾ। ਹਾਂ ਹੱਦ ਤੋਂ ਵੱਧ ਚੀਜ਼ ਵੀ ਮਾੜੀ ਆ। ਇਹ ਮੈਨੂੰ ਮੇਰੇ ਭਰਾ ਦਾ ਇੱਕ ਤਾਂ ਮੈਸੇਜ ਆਇਆ ਸੀ ਕਹਿੰਦਾ ਬਾਈ ਮਖਣੀ ਕਿਵੇਂ ਦੇਣੀ ਆ, ਮਾਂ ਚਲੋ ਵੀਡੀਓ ਵੀ ਬਣਾ ਦਈਏ। ਆਹ ਦੇਖੋ ਇਹਦੇ ਪਰਜਮਾ ਸਹੀ ਆ ਰਹੇ ਨੇ ਠੀਕ ਆ, ਤੇ ਜਾਨਵਰ ਦੇਖੋ ਆਪਣਾ ਕੋਰਨਾ ਮੋਜਾ ਪੱਠਾ। ਇਹਦੇ ਕਈ ਭਰਾ ਕਹਿੰਦੇ ਆ ਵੱਡੇ ਨਹੁੰ ਵਾਲੇ ਬਾਹਲੇ ਚੰਗੇ ਹੁੰਦੇ, ਆਹ ਦੇਖ ਲਓ ਬਾਈ ਨਹੁੰ ਕਿੱਡੇ ਕਿੱਡੇ ਨੇ ਇਹਦੇ ਠੀਕ ਆ, ਦਾਤੀਆਂ ਵਰਗੇ ਨਹੁੰ ਨੇ, ਚਿੱਟੀਆਂ ਅੱਖਾਂ ਦਾ। ਇਹ ਪਹਿਲਾਂ ਆਪਾਂ ਬਰੀਡ ਵਾਸਤੇ ਰੱਖਿਆ ਸੀ, ਹੁਣ ਕੱਲਾ ਭਾਈ ਹੋਈ ਆ ਇਹ ਠੀਕ ਆ, ਪਰ ਫੇਰ ਸਲਾਹ ਬਣੀ ਵੀ ਕੋਈ ਚੱਕਰ ਨਹੀਂ ਛਾੜ ਦਿੰਦੇ ਆ ਠੀਕ ਆ। ਐ ਦਿੱਤੀ ਚਲੋ, ਉਦੋਂ ਮੂੰਹ ਸਾਫ ਕਰਤਾ ਠੀਕ ਆ। ਇਹ ਬੱਚੇ ਨੂੰ ਵੀ ਜ਼ੁਕਾਮ ਹੋ ਗਿਆ ਸੀ ਬਈ, ਪਰ ਜਮਾਂ ਸੈੱਟ ਹੋ ਗਿਆ। ਉਹ ਵੀ ਦਵਾਈ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਵੀ ਆਪਾਂ ਇਹਨਾਂ ਨੂੰ ਕੀ ਦਿੰਦੇ ਹਾਂ। ਇੱਕ ਆਹ ਪੱਠਾ ਆਪਣਾ ਸੇਲ 'ਤੇ ਲਾਇਆ ਹੋਇਆ ਸੀ ਠੀਕ ਆ, ਵੱਡਾ ਪੱਠਾ ਹੀ ਆ ਇਹ, 2 ਸਾਲਾਂ ਦਾ ਹੋ ਗਿਆ ਬਈ ਉੱਡਿਆ ਆਪਣੇ ਕੋਲ, ਅਤੇ ਦੁਬਾਰਾ ਆਪਾਂ ਆਹ ਦੇਖੋ ਪੱਟ ਰੱਖਿਆ ਹੁਣ ਠੀਕ ਆ, ਇਹਨੂੰ ਵੀ ਦੇਖਾਂਗੇ ਝੱਟ ਛੱਡਾਂਗੇ। ਬਾਕੀ ਜੇ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਆਪਾਂ ਨੂੰ ਇੰਸਟਾਗ੍ਰਾਮ 'ਤੇ ਮਰ ਜਾਣਾ ਗਿੱਲ 'ਤੇ ਠੀਕ ਆ, ਆਈਡੀ 'ਤੇ ਆਪਾਂ ਨੂੰ ਮੈਸੇਜ ਕਰਕੇ ਆਪਣੇ ਨਾਲ ਗੱਲ ਕਰ ਸਕਦਾ। ਜੇ ਕਿਸੇ ਭਰਾ ਨੇ ਜਾਨਵਰ ਲੈਣੇ ਨੇ ਤਾਂ ਜਾਨਵਰਾਂ ਦੀ ਵੀ ਵੀਡੀਓ ਬਹੁਤ ਜਲਦੀ ਪਾਵਾਂਗੇ ਸੇਲ ਵਾਲਿਆਂ ਦੀ, ਜੇ ਕਿਸੇ ਭਰਾ ਨੂੰ ਚਾਹੀਦੇ ਨੇ। ਕਿਉਂਕਿ ਬਈ ਆਪਣੀ ਇੱਕ ਗੱਲ ਹੈ, ਮੈਂ ਜਾਨਵਰ 'ਤੇ ਚੀਜ਼ ਉਹੀ ਦੇਊਂਗਾ ਜਿਹੜੀ ਮੇਰੇ ਕੋਲ ਆਪ ਦਾ ਬਲੱਡ ਆ ਠੀਕ ਆ, ਜੋ ਮੈਂ ਆਪ ਛੱਡੂੰਗਾ ਬਈ ਉਹੀ ਤੁਹਾਡੇ ਭਰਾਵਾਂ ਨੂੰ ਦੇਊਂਗਾ। ਇਹ ਨਹੀਂ ਹੈਗਾ ਲੋਕਾਂ ਵਾਲਾ ਕੰਮ ਠੀਕ ਆ, ਵੀ ਆਪਦੇ ਵਾਸਤੇ ਅੱਡ ਨੇ ਅਤੇ ਵੇਚਣ ਵਾਲੇ ਅੱਡ ਨੇ, ਉਹ ਕੰਮ ਨਹੀਂ ਹੈਗਾ, ਸਾਰੇ ਵਿੱਚੋਂ ਹੀ ਨੇ ਬਈ। ਆਹ ਪੱਠਾ ਵੀ ਦੇਖੋ ਆਪਾਂ ਸਾਂਭਿਆ ਹੋਇਆ ਸੀ, ਪਰ ਪੱਟ ਤਾਂ ਖੱਟੀਆਂ ਅੱਖਾਂ ਦਾ, ਡੱਬੀ ਨੋਕਦਾ। ਇਹਦੀ ਭੈਣ ਛੱਡੀ ਸੀ ਬਈ ਆਪਾਂ ਬਾਜੇ ਵਾਲੇ, ਉਹਦੇ ਹਨੇਰੀ ਇੰਨੀ ਜ਼ਿਆਦਾ ਸੀ ਬਈ, ਓਲੇ 'ਤੇ 35 ਕਬੂਤਰ ਨਾਲ ਦੇ ਪਿੰਡ ਖੜ੍ਹ ਗਏ 6:30 ਵਜੇ, ਉੱਥੇ ਕਿਸੇ ਨੇ ਢਾਂਗੀ ਲਾ ਕੇ ਪੱਠੀ ਲਾ ਲਈ ਪਿੰਡ 'ਚ। ਚਲੋ ਉੱਡਤ ਦਿੱਤੀ ਨਹੀਂ ਆਪਾਂ ਨੂੰ, ਉੱਡਤ ਸਹਿਤੇ ਵਾਲਾ ਵੱਜਦਾ ਜਿਹੜਾ ਬਾਜੇ ਵਾਲੇ ਵੀਰੇ ਵਾਲੇ ਕੋਲ ਹਨਾ, ਅਤੇ ਚਲੋ ਪੱਠੀ ਆਪਾਂ ਨੂੰ ਮੋੜੀ ਨਹੀਂ ਉਹਨਾਂ ਨੇ। ਦੂਜੀ ਵਾਰ ਫੇਰ ਇੱਕ ਛੱਡਿਆ ਠੀਕ ਆ, ਉਹ 3:30 ਵਜੇ ਟਾਈਮ 'ਚ ਕੱਟਤਾ ਬਈ ਕਾਪੀ ਵਾਲਿਆਂ ਨੇ, ਉਹ ਗਲਤੀ ਕਾਪੀ ਵਾਲਿਆਂ ਦੀ ਸੀ ਠੀਕ ਆ। ਬੰਦਿਆਂ ਨੂੰ ਪਤਾ ਵੀ ਆ, ਨਵਾਂ ਭਰਾ ਸੀਗਾ ਉਹਦਾ ਨਾਮ ਮੈਂ ਭੁੱਲ ਗਿਆ ਕੌਣ ਸੀ, ਜੇ ਧੀਰੇ ਹੋਰੀ ਹੁੰਦੇ ਫਿਰ ਤਾਂ ਕੋਈ ਚੱਕਰ ਨਹੀਂ ਸੀ, ਕਬੂਤਰ ਜਮਾਂ ਉੱਤੋਂ ਦੀ ਜਾਂਦਾ ਬਈ ਠੀਕ ਆ। ਅਤੇ ਉਹ ਭਰਾ ਆਪਸ 'ਚ ਗੱਲਾਂ ਕਰੀ ਜਾਂਦੇ ਸੀ ਪਰਾਂ ਨੂੰ ਮੂੰਹ ਕਰਕੇ, ਅਤੇ ਉਹਨਾਂ ਨੇ ਜੋ ਰਿਕਾਰਡਿੰਗ ਪਾਈ ਮੈਂ ਨਾਲ ਹੀ ਕਿਹਾ ਮੈਂ ਬਈ ਮੰਦਰ ਦੇ ਉੱਤੋਂ ਦੀ ਜਾਂਦਾ, ਪਰ ਉਹਨਾਂ ਨੇ ਗੌਰ ਨਹੀਂ ਕੀਤੀ। ਚਲੋ ਜਾਨਵਰ ਆਪਣਾ ਉਦੋਂ ਬਾਅਦ ਉੱਚਾ ਹੋ ਕੇ ਆ ਗਿਆ, ਲੰਬਾ ਜ਼ਰੂਰ ਉੱਡਦਾ ਸੀ, ਇਹ ਗੱਲ ਮੈਂ ਵੀ ਕਹਿਣਾ ਵੀ ਆਪਣਾ ਜਾਨਵਰ ਬਈ ਲੰਬਾ ਉੱਡਦਾ ਸੀ ਠੀਕ ਆ। ਅਤੇ ਇੱਕ ਉਹ ਬਸ ਮੇਰਾ ਪੁੱਤ, ਇੱਕ ਆਪਣਾ ਆਹ ਪੱਠਾ ਬਈ ਜਿਹੜਾ ਪਿਛਲੀ ਵਾਰ ਛੱਡਣ ਕੰਨੀ ਉਹ ਰਹਿ ਗਿਆ ਸੀ, ਤਿਆਰ ਕੀਤਾ ਕਦਾ ਹੀ ਰਹਿ ਗਿਆ ਸੀ, ਇਹ ਵੀ ਬਾਜੇ ਵਾਲੇ ਛੱਡਣਾ ਸੀ। ਖੱਟੀ ਗਲੀ ਦਾ ਕਮੜਲਾ ਬਚਾ ਇਹ ਟੱਬਾ, ਪਹਿਲਾਂ ਇਹ ਜਮਾਂ ਲਾਲ ਡੱਬਾ ਸੀ ਅਤੇ ਹੁਣ ਝਾੜ ਕੇ ਚੀਨਾ ਜਿਹਾ ਰਹਿ ਗਿਆ ਬਈ ਇਹ। ਅਤੇ ਇਹਦਾ ਪਿਓ ਆਪਾਂ ਆਪਣੇ ਮਿੱਤਰ ਪਿਆਰੇ ਨੂੰ ਦਿੱਤਾ ਹੋਇਆ ਸੀ ਬੱਚੇ ਕਢਾਉਣ ਨੂੰ ਠੀਕ ਆ, ਆਪਣੀ ਗਰੁੱਪ ਦੇ ਨੇ ਆਪਣੇ ਭਰਾ ਨੇ ਚਕੇਰੀਆਂ ਦੇ ਚੰਨੀ ਹੋਰੀ ਉਹਨਾਂ ਨੂੰ ਦਿੱਤਾ ਹੋਇਆ ਸੀ, ਦੁਬਾਰਾ ਲਿਆਂਦਾ ਉਸੇ ਕਬੂਤਰੀ ਨਾਲ ਲਾ ਕੇ ਅਤੇ ਹੁਣ ਆਂਡੇ ਧਰੀ ਬੈਠਾ, ਦੁਬਾਰਾ ਕਢਾਵਾਂਗੇ ਜੀ ਬਲੱਡ ਬਈ। ਇਹ ਕਬੂਤਰ ਇਹੋ ਜਿਹੇ ਸੀ ਬਈ, ਪਹਿਲਾਂ ਪਹਿਲਾਂ ਤਾਂ ਇਹਨੇ ਮੈਨੂੰ 5-7 ਦਿਨ ਬਹੁਤ ਤੰਗ ਕੀਤਾ ਬਈ, ਡਾਇਆ ਕਰਾਂ ਤਾਂ ਛਤਰੀ 'ਤੇ, 10 ਮਿੰਟ ਉੱਡਿਆ ਕਰੇ ਦਾੜ ਛਤਰੀ 'ਤੇ, 10 ਮਿੰਟ ਉੱਡਿਆ ਕਰੇ ਦਾੜ ਛਤਰੀ 'ਤੇ। ਇੱਕ ਦਿਨ ਉਹਨੂੰ ਮੈਂ ਡੰਡੇ ਨਾਲ ਡਰਾ ਕੇ ਡਾਇਆ ਬਈ, ਤੁਸੀਂ ਯਕੀਨ ਮੰਨਿਓ 4:30 ਨਾਲੇ ਕੋਈ ਜ਼ਿਆਦਾ ਬਦਾਮਾਂ ਦੇ ਨਹੀਂ ਸੀ, 2-4 ਬਦਾਮ ਬਾਕੀ ਕਣਕ ਦੇ ਠੀਕ ਆ। ਅਤੇ ਐਤਕੀ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਜ਼ੋਰ ਲਾ ਰਹੇ ਹਾਂ ਠੀਕ ਆ, ਅਤੇ ਬਾਬੇ ਦੀ ਕਿਰਪਾ ਨਾਲ ਹੋ ਸਕਦਾ ਵੀ ਐਤਕੀ
ਤੁਹਾਨੂੰ ਭਰਾਵਾਂ ਨੂੰ ਕੁਛ ਦਿਖਾਈਏ, ਤੇ ਜੇ ਕਿਸੇ ਨੇ ਕਬੂਤਰ ਲੈਣੇ ਹੋਏ ਤਾਂ ਮੈਨੂੰ ਕਮੈਂਟ ਜ਼ਰੂਰ ਕਰ ਲਿਓ, ਉਹ ਚਾਹੇ ਕਮੈਂਟ ਕਰ ਲਿਓ ਤੇ ਜਾਂ ਆਪਣਾ ਇੰਸਟਾਗ੍ਰਾਮ ਆਈ ਡੀ ਆ ਮਰ ਜਾਣਾ ਗਿੱਲ, ਤੇ ਉਹਦੇ 'ਤੇ ਆਪਣੇ ਨਾਲ ਗੱਲ ਕਰ ਲਓ, ਠੀਕ ਆ। ਤੇ ਇੱਕ ਮੇਰੇ ਭਰਾ ਦਾ ਆਇਆ ਸੀਗਾ ਜਿਹੜਾ ਥੱਲੋਂ ਲਾਲ ਵਾਲਾ, ਠੀਕ ਆ, ਉਹਦਾ ਕੀ ਆ ਬਈ ਤੁਸੀਂ ਬੰਗ ਭਾਸ਼ਣ ਦੇ ਸਕਦੇ ਹੋ ਥੋੜ੍ਹੀ ਜਿਹੀ ਗੁੜ 'ਚ, ਕੱਖ 'ਤੇ ਇੱਕ ਕੱਖ ਮਤਲਬ ਟੱਕੇ 'ਤੇ ਚੱਕ ਕੇ ਛੋਟਾ ਜਿਹਾ ਛੋਲੇ ਦਾਣੇ ਜਿੰਨਾ ਗੁੜ ਦੇ ਵਿੱਚ ਮਿਲਾ ਕੇ ਉਹਨੂੰ ਦੇ ਦਿਓ, ਠੀਕ ਆ। ਟੌਪ ਕਲਾਸ ਦਾ ਕੰਮ ਆ, 5-7 ਦਿਨਾਂ 'ਚ ਵਧੀਆ ਹੋ ਜੂਗਾ ਜਾਨਵਰ ਤੁਹਾਨੂੰ, ਹੋਰ ਕਿਹੜਾ ਰਹੇਗਾ ਬਈ। ਲੈ ਮਿੱਤਰੋ ਇੱਧਰੋਂ ਗਏ ਹੋ, ਅਤੇ ਫਿਰ ਰਹਿ ਗਏ ਆਪਣੇ ਉੱਧਰਲੇ ਪੱਠੇ, ਉਹ ਦਿਖਾਉਣਾ ਤੁਹਾਨੂੰ ਨਵੇਂ ਪੱਠੇ ਨੇ ਵਿੱਚ, ਠੀਕ ਆ। ਅਤੇ ਗੋਲੇ ਦਾ ਵੀ ਭਰਾ ਹੈਗਾ ਇੱਕ ਛੋਟਾ ਹੁਣ ਕੱਢਿਆ ਨਵਾਂ, ਬਸ ਵਾਹਿਗੁਰੂ ਨਜ਼ਰਾਂ ਤੋਂ ਬਚਾਵੇ ਉਹਨੂੰ, ਠੀਕ ਆ। ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਮੱਖਣੀ ਜ਼ਰੂਰੀ ਹੈ, ਠੀਕ ਆ। ਹੁਣ ਕਈ ਭਰਾ ਕਹਿਣਗੇ ਵੀ ਆਹ ਟਾਈਮ ਹੈ ਮੱਖਣੀ ਦਾ, ਜੇ ਉਹ ਬਈ ਮੱਖਣੀ ਠੰਡੀ ਹੁੰਦੀ ਆ, ਕਬੂਤਰਾਂ ਦੇ ਪਾਰ ਆਈ ਜਾਂਦੇ ਆ, ਬਾਹਲੀ ਚੰਗੀ ਆ ਬਈ। ਆ ਥੋੜ੍ਹੇ ਜਿਹੇ ਹੱਥ ਨੂੰ ਨਹੀਂ ਲਾਉਂਦੇ ਤਾਂ ਕਰਕੇ ਥੋੜ੍ਹੇ ਜਿਹੇ ਬੱਚੇ ਗਰਮ ਨੇ, ਤਿੜਕਦੇ ਨੇ ਹੱਥ 'ਚੋਂ। ਅਤੇ ਇੱਕ ਬਈ ਜਦੋਂ ਵੀ ਮੱਖਣੀ ਦਿੰਦੇ ਹੋ ਜਾਂ ਕੁਛ ਵੀ ਕਰਦੇ ਹੋ, ਕਬੂਤਰ ਇਹੋ ਜਿਹੇ ਹਿਸਾਬ ਨਾਲ ਫੜੋ ਵੀ ਬਈ ਪਰ ਨਾ ਖਰਾਬ ਹੋ ਜਾਏ, ਕੱਚੇ ਪਰ ਨੇ ਨਵੇਂ ਪਰ ਨੇ, ਹੈ ਨਾ ਜਾਨਵਰਾਂ ਦੇ। ਆ ਦੇਖੋ ਐਂ ਤੰਗ ਕਰਦੇ ਨੇ ਜਾਨਵਰ ਆਪਾਂ ਨੂੰ, ਚਲੋ ਆ ਜਾਓ ਹੁਣ ਦੂਜੀ। ਲੈ ਮਿੱਤਰੋ ਆਹ ਨੇ ਆਪਣੇ ਨਵੇਂ ਪੱਠੇ ਵਿੱਚ ਕੁਛ ਬੱਚੇ ਨੇ ਨਵੇਂ, ਤੁਹਾਨੂੰ ਕਰਾਉਣਾ ਸ਼ੌਂਕ। ਤੇ ਆਹ ਆ ਗਿਆ ਆਪਣਾ ਗੋਲੇ ਦਾ ਛੋਟਾ ਭਰਾ, ਆਹ ਦੇਖੋ ਬਈ ਚਮਾ ਕਾਲਾ ਗੋਲਾ, ਇੱਥੇ ਚਿੱਟੇ ਪਰ ਨੇ, ਥੱਲੋਂ ਚਿੱਟਾ ਪਰ ਇੱਕ ਬਸ, ਠੀਕ ਆ। ਵਾਹਿਗੁਰੂ ਸੁੱਖ ਰੱਖੇ, ਪੈਰ ਦੇਖ ਲਓ, ਨਾਗ ਕਹਿੰਦਾ ਇਹਦਾ ਨਾਂ, ਨਾਗ ਨਾਗ ਰੱਖਿਆ ਬਈ ਇਹਦਾ ਨਾਂ ਆਪਾਂ। ਵਾਹਿਗੁਰੂ ਸੁੱਖ ਰੱਖੇ, ਦੇਖਦੇ ਹਾਂ ਕੀ ਕਰਦਾ ਝੱਟ, ਠੀਕ ਆ। ਇੱਕ ਬੱਚਾ ਇਹ ਆ, ਇੱਕ ਆ ਆਪਣਾ ਪੁੰਨੂ ਵਾਲਿਆਂ ਚੋਂ, ਇਹ ਛੋਟਾ ਜਿਹਾ ਹੁਣ ਚੱਕ ਲਿਆ ਆਪਾਂ, ਆ ਦੇਖੋ ਉਹ ਬਸ ਬਿੱਟੇ ਆ, ਦੇਖ ਕੇ ਤੁਸੀਂ ਆਪ ਦੱਸਿਓ ਵੀ ਇਹ ਪੁੰਨੂ ਵਾਲਿਆਂ ਚੋਂ ਹੈ ਕਿ ਨਹੀਂ। ਖੱਟੀਆਂ ਅੱਖਾਂ ਦਾ, ਕਾਲਾ ਜੀਨਾ ਲਾਲ ਜੀਨਾ, ਵਿੱਚ ਹੀ ਕਾਲੇ ਪਰਨੇ, ਵਿੱਚ ਹੀ ਲਾਲ ਪਰਨੇ, ਛੋਟੀ ਜੀ ਆ, ਗਿਰਕੀ ਜੀ ਆ ਦੇਖੋ, ਠੀਕ ਆ। ਤੇ ਇੱਕ ਬੱਚਾ ਆਪਣਾ ਆਹ, ਇਹ ਟਾਂਗੇ 'ਤੇ ਤਾਂ ਚੜ ਗਿਆ, ਠੀਕ ਆ। ਇਹ ਆਪਣੇ ਨਵੇਂ ਬੱਚੇ ਨੇ, ਤੇ ਆ ਜੋ ਹੁਣ ਮੱਖਣੀ ਦੇ ਦਈਏ, ਕਿਉਂਕਿ ਮੱਖਣੀ ਪਈ ਪਈ। ਇੱਕ ਗੱਲ ਹੋਰ ਆ ਬਾਈ, ਜਦੋਂ ਫਰਿੱਜ 'ਚ ਉੱਤੇ ਲਾਈ ਹੁੰਦੀ ਹੈ, ਜਦੋਂ ਲਿਆ ਕੇ ਇਹਨੂੰ ਲਾਉਂਦੇ ਆ, ਕਈ ਭਰਾ ਕਹਿੰਦੇ ਨੇ ਵੀ ਬਾਹਲੀ ਠੰਡੀ ਹੋਊਗੀ, ਠੰਡੀ ਠੁੰਡੀ ਨਹੀਂ, ਇਹਨਾਂ ਦੇ ਮੂੰਹ ਦੀ ਭਾਫ ਨਾਲ ਹੀ, ਠੀਕ ਆ, ਨਿੱਘੀ ਹੋ ਜਾਂਦੀ ਹੈ ਮੱਖਣੀ। ਆਹ ਦੇਖੋ ਜਿਵੇਂ ਹੁਣ ਆਹ ਮੂੰਹ ਟੱਡਿਆ ਇਹਦਾ, ਠੀਕ ਆ, ਇਹਦੇ 'ਚੋਂ ਆਪਾਂ ਪੱਟੀ, ਠੀਕ ਆ, ਐਂ ਮੂੰਹ 'ਚ ਸਿੜਦੇ ਸਿੜਦੀ ਆਹ ਦੇਖੋ ਪਿਘਲ ਗਈ, ਠੀਕ ਆ, ਉਦੋਂ ਬਾਅਦ ਮੂੰਹ ਸਾਫ਼ ਕਰਤਾ। ਇਹ ਆਪਣੇ ਸਿਰ 'ਤੇ ਆ ਬਈ ਜਾਨਵਰ ਲਵੇੜਨੇ ਆ ਜਾਂ ਨਹੀਂ ਲਵੇੜਨੇ, ਆਹ ਦੇਖੋ ਐਂ ਸਾਫ਼ ਕਰਤਾ, ਠੀਕ ਆ, ਆਹ ਦੇਖੋ। ਅਤੇ ਹੁਣ ਆਪਣੀ ਆਹ ਬੈਠੀ, ਆਹ ਆਪਣੀ ਉਹ ਆ ਬਈ ਜਿਹੜੀ ਫੁੱਲੂ ਵਾਲੀ ਛੱਡੀ ਸੀ ਲਾਸਟ ਵਾਲੇ ਟਾਈਮ 'ਚ, ਬਈ ਤੁਰ ਗਈ ਸੀ ਨਾਲ ਦੇ ਪਿੰਡ, ਖੜ ਗਈ ਸੀ ਅਤੇ ਮੁੜ ਕੇ ਫਿਰ ਟਾਈਮ ਕਟਾ ਕੇ ਆ ਗਈ ਸੀ, ਅਤੇ ਰਾਤ ਨੂੰ ਬੈਠੀ ਨਹੀਂ ਸੀ, ਉੱਥੇ ਡਿੱਗ ਡੁੱਗ ਪਈ ਸੀ ਅਤੇ ਤੜਕੇ ਆ ਗਈ ਸੀ, ਲੱਭ ਗਈ ਸੀ, ਇਹਨੂੰ ਵੀ ਦੁਬਾਰਾ ਪਾਵਾਂਗੇ, ਕਾ ਇਹਦਾ ਚੱਲ ਰਹੀ ਹੈ ਤਿਆਰੀ 'ਚ। ਮੱਖਣੀ ਬਈ ਹਿਸਾਬ ਸਿਰ ਨਾਲ ਹੀ, ਜਿਵੇਂ ਇੱਕ ਬਦਾਮ ਜਿੰਨੀ, ਹੈ ਨਾ, ਜਾਂ ਦੋ ਬਦਾਮਾਂ ਜਿੰਨੀ ਹੀ ਦੇਣੀ ਹੈ, ਠੀਕ ਆ, ਅਤੇ ਬਾਹਲੀ ਨਹੀਂ ਦੇਣੀ। ਇੱਕ ਆਹ ਆਪਣੀ ਬਿੰਗੀ ਨੂੰ ਉਗਾਲੀ ਜਾਂਦੇ ਇਹਨੂੰ, ਠੀਕ ਆ, ਇਹ ਬਈ ਬੋਰਡ 'ਤੇ ਹੀ ਬਹਿੰਦੀ ਆ, ਇਹ ਜ਼ੋਰ ਲਾ ਕੇ ਆਪਦਾ ਬੋਰਡ 'ਤੇ ਆਉਣਾ ਇਹਨੇ, ਬੋਰਡ ਤੋਂ ਬਾਅਦ ਟਾਂਗੇ 'ਤੇ ਚੜ੍ਹਾਉਂਦਾ ਮੈਂ ਇਹਨੂੰ, ਠੀਕ ਆ। ਇਹਦੇ ਨਾਲ ਵੀ ਝੱਟ ਦੇਖਾਂਗੇ, ਪਿਛਲੇ ਸੀਜ਼ਨ ਉੱਡਦੀ ਰਹੀ ਆ ਵਧੀਆ ਆਪਣੇ ਕੋਲ। ਇਹ ਇਹਨਾਂ ਤੁਹਾਨੂੰ ਮਾਂ ਪਿਓ ਵੀ ਦਿਖਾਊਂਗਾ ਬਈ ਅਗਲੀ ਕਿਸੇ ਵੀਡੀਓ 'ਚ। ਸੋ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ, ਅਤੇ ਜੇ ਕਿਸੇ ਭਰਾ ਨੇ ਕਬੂਤਰ ਲੈਣੇ ਨੇ,
ਠੀਕ ਹੈ, ਤਾਂ ਆਪਾਂ ਨੂੰ ਮਰ ਜਾਣਾ ਗਿੱਲ ਤੇ ਇੰਸਟਾਗ੍ਰਾਮ ਆਈ ਡੀ ਤੇ ਆਪਣੇ ਨਾਲ ਮੈਸੇਜ 'ਚ ਗੱਲ ਕਰ ਸਕਦੇ ਹੋ ਬਾਈ, ਜਾਇਜ਼ ਰੇਟ ਆ, ਕੋਈ ਬਾਹਲਾ ਰੇਟ ਨਹੀਂ, ਠੀਕ ਹੈ। ਤੁਹਾਨੂੰ ਵੀ ਪਤਾ ਵੀ ਸਭ ਦੇ ਹੀ ਸਾਰੀ ਸੇਲ ਕਰਦੇ ਆ, ਅਤੇ ਪਰ ਆਪਾਂ ਚੰਗੇ ਕਰਦੇ ਹਾਂ, ਠੀਕ ਆ, ਆਪਣੇ ਘਰ ਦੇ ਕਰਦੇ ਹਾਂ। ਇਹ ਨਹੀਂ ਹੈਗਾ ਬਾਈ ਵੀ ਲਾਦਰੂ ਫਾਦਰੂ ਜਿਹੜੇ ਨੂੰ ਆਪਾਂ ਚੈੱਕ ਕੀਤਾ ਹੋਇਆ ਪਤਾ ਆਪਾਂ ਨੂੰ ਉੱਡਦੇ ਨੇ, ਠੀਕ ਹੈ, ਅਤੇ ਉਹੀ ਕਬੂਤਰ ਆਪਾਂ ਸੇਲ ਕਰਦੇ ਹਾਂ। ਹੁਣ ਆਹ ਛੋਟਾ ਜਿਹਾ ਬੱਚਾ ਬਾਈ, ਇਹ ਇੱਕੋ ਹੀ ਕਢਾਇਆ ਹਜੇ ਆਪਾਂ, ਅਤੇ ਇਹੀ ਰੋਕ ਲਿਆ, ਠੀਕ ਹੈ। ਇਹਦਾ ਆਪਾਂ ਨੂੰ ਪਤਾ ਵੀ ਕਿਉਂ ਰੋਕਿਆ, ਕੀ ਚੀਜ਼ ਹੈ ਇਹ, ਛੋਟਾ ਜਿਹਾ ਸੀਗਾ, ਥੋੜ੍ਹਾ ਜਿਹਾ ਘਾਟੇ 'ਚ ਸੀ, ਪਰ ਹੁਣ ਜਮ੍ਹਾਂ ਓਕੇ ਦੀ ਰਿਪੋਰਟ ਪਲ ਗਿਆ। ਆਹ ਦੇਖੋ ਇਹਦੀ ਖੜਨੀ ਖੁੜਨੀ ਆਪ ਹੀ ਦੇਖ ਲਿਓ ਤੁਸੀਂ ਵੀ ਕੀ ਚੀਜ਼ ਹੈ ਇਹ, ਠੀਕ ਹੈ। ਇਹ ਆਪਾਂ ਰੱਖ ਲਿਆ ਬਾਈ, ਬਾਈ ਜੇ ਹੋਰ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਹੋਈ ਤਾਂ ਆਪਣੇ ਨਾਲ ਮੈਸੇਜ 'ਚ ਗੱਲ ਕਰ ਸਕਦਾ, ਠੀਕ ਹੈ, ਕੋਈ ਚੱਕਰ ਨਹੀਂ, ਕਿਉਂਕਿ ਕਈ ਭਰਾਵਾਂ ਦੇ ਇੱਕ ਆਹ ਦੇਖੋ ਬਾਈ ਆਪਣੀ ਕਣਕ 'ਤੇ 5:30 ਦਾ ਟਾਈਮ ਕਰਦਾ ਰਿਹਾ, ਇਹ ਤੋਂ ਬੈਠਿਆ ਨਹੀਂ ਜਾਂਦਾ ਜੀ ਸਦਾ ਹੀ, ਅਤੇ ਬਾਈ ਇਹ ਬਾਹਰ ਹੀ ਡਿੱਗਦੇ ਜੀ, ਕਦੇ ਨੂੰ ਅਮਰੂਦ 'ਚੋਂ ਲਿਆਉਣਾ ਚੱਕ ਕੇ, ਕਦੇ ਕਿੱਥੋਂ, ਕਦੇ ਕੋਠੇ ਤੋਂ, ਠੀਕ ਹੈ। ਸੋ ਲਵ ਯੂ ਆ ਸਾਰੇ ਭਰਾਵਾਂ ਨੂੰ, ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਲਵ ਯੂ।